ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਭੁੱਲਰ, ਤਹਿਸੀਲ ਢਿਲਵਾਂ, ਜ਼ਿਲ੍ਹਾ ਕਪੂਰਥਲਾ। ਦੋਸਤੋ ਪਹੁੰਚੇ ਹਾਂ ਭਾਜੀ ਪੰਮੇ ਭੁੱਲਰ ਦੇ ਕੋਲ, ਪਰਮਜੀਤ ਸਿੰਘ ਭੁੱਲਰ, ਪੰਮਾ ਭੁੱਲਰ ਨਾਮ ਤੋਂ ਬਹੁਤੇ ਵੀਰ ਤੁਸੀਂ ਜਾਣਦੇ ਹੋ। ਪਸ਼ੂ ਵਪਾਰ ਦਾ ਕੰਮ ਆ ਦੋਸਤੋ, ਅਤੇ ਕੁਝ ਕੁ ਦਿਨਾਂ ਬਾਅਦ ਜਿਹੜੀ ਆਪਾਂ ਅਪਡੇਟ ਆ ਇਸ ਘਰੋਂ ਤੁਹਾਨੂੰ ਦਿੰਦੇ ਰਹਿੰਦੇ ਹਾਂ। ਅਤੇ ਬਿਆਸ, ਕਪੂਰਥਲਾ, ਕਰਤਾਰਪੁਰ ਸਾਹਿਬ ਇਹ ਥੋੜ੍ਹੀ ਥੋੜ੍ਹੀ ਦੂਰੀ 'ਤੇ ਆ ਦੋਸਤੋ, ਥੋੜ੍ਹੇ ਥੋੜ੍ਹੇ ਕਿਲੋਮੀਟਰਾਂ 'ਤੇ ਜਿਹੜਾ ਇਹ ਸ਼ਹਿਰ ਹੈਗੇ ਆ। ਅਤੇ ਖਾਸ ਵਿਜਿਟ ਤੁਸੀਂ ਭੁੱਲਰ ਪਿੰਡ ਕਰਨੀ ਆ, ਧਾਰੀਵਾਲ ਬੇਟ, ਪੰਡਾਲ ਬੇਟ, ਸੁਰਖਪੁਰ, ਸੰਗੋਜਲਾ, ਇਹ ਜਿਹੜੇ ਦੋਸਤੋ ਥੋੜ੍ਹੀ ਥੋੜ੍ਹੀ ਦੂਰੀ ਦੇ ਨਾਲ ਲੱਗਦੇ ਪਿੰਡ ਆ। ਕਿਉਂਕਿ ਜੇਕਰ ਕਿਸੇ ਨੇ ਮੈਪ ਲੋਕੇਸ਼ਨ ਲਾ ਕੇ ਆਉਣਾ ਤੁਸੀਂ, ਤਾਂ ਵੀ ਤੁਸੀਂ ਮੈਪ ਲੋਕੇਸ਼ਨ ਲਾ ਕੇ ਇਸ ਏਰੀਏ ਨੂੰ ਕੱਢ ਸਕਦੇ ਹੋ, ਵੇਖ ਸਕਦੇ ਹੋ। ਅਤੇ ਪੰਮੇ ਭੁੱਲਰ ਬਾਈ ਦੇ ਨਾਲ ਗੱਲਬਾਤ ਕਰਾਂਗੇ, ਕੁਝ ਚਾਰ ਗੱਲਾਂ ਵੀ ਸਾਂਝੀਆਂ ਕਰਨਗੇ ਤੁਹਾਡੇ ਨਾਲ ਪਸ਼ੂ ਵਪਾਰ ਨੂੰ ਲੈ ਕੇ। ਅਤੇ ਹਰ ਵਾਰ ਦੀ ਤਰ੍ਹਾਂ ਦੋਸਤੋ ਪਸ਼ੂ ਜਿਹੜੇ ਆਪਾਂ ਤੁਹਾਨੂੰ ਦਿਖਾਵਾਂਗੇ, ਤੋਰ ਕੇ, ਰੇਟ ਭਾਅ ਪੜਤਾ, ਦੁੱਧ, ਮਿਲਕ, ਜੋ ਵੀ ਥੱਲੇ ਕੁਛ ਹੈਗਾ ਇਹਨਾਂ ਦੇ, ਬਿਲਕੁਲ ਸੱਚਾਈ ਜਿਹੜੀ ਆ ਦੋਸਤੋ ਇਹਨਾਂ ਪਸ਼ੂਆਂ ਦੇ ਕੋਲ ਕੀ ਕੁਛ ਹੈਗਾ ਉਹ ਪੂਰੀ ਗੱਲਬਾਤ ਆਪਾਂ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਅੱਜ 2 ਜੂਨ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ, ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ, ਕੋਈ 1:30 ਵਜੇ ਦਾ ਸਮਾਂ ਹੈਗਾ ਜੀ, ਠੀਕ ਆ, ਦੁਪਹਿਰ ਦੇ 1:30 ਵਜੇ ਦਾ ਸਮਾਂ ਹੈ। ਅਤੇ ਗੱਲਬਾਤ ਆਪਾਂ ਭੁੱਲਰ ਸਾਹਿਬ ਨਾਲ ਕਰਨੀ ਆ, ਅਤੇ ਗੱਲਾਂ 2-4 ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਦੋਸਤੋ, ਵੀ ਫਸਟਲੀ ਜ਼ਰੂਰ ਕਰ ਦਿੱਤੀਆਂ ਜਾਣਗੀਆਂ। ਸਭ ਤੋਂ ਪਹਿਲਾਂ ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਾਂਦੇ ਸਰ, ਸਤਿ ਸ਼੍ਰੀ ਅਕਾਲ ਜੀਆਂ ਨੂੰ, ਧੰਨਵਾਦ ਤੁਹਾਡਾ ਸਾਡੇ ਘਰ ਆਉਣ 'ਤੇ, ਵੈਰੀ ਗੁੱਡ, ਸਵਾਗਤ ਕਰਦੇ ਤੁਹਾਡਾ, ਬਹੁਤ ਬਹੁਤ ਧੰਨਵਾਦ। ਹੋਰ ਸਿਹਤਾਂ ਰਾਜੀ ਭਾਅ ਜੀ, ਬਹੁਤ ਕਿਰਪਾ ਜੀ, ਧੰਨਵਾਦ। ਯੂਟਿਊਬ 'ਤੇ ਜਿੰਨੇ ਵੀ ਚੈਨਲਾਂ 'ਤੇ ਸਾਡੇ ਵੀ ਦੇਖਦੇ ਆ, ਸਾਡੀ ਵੀਡੀਓ ਵੇਖਦੇ ਆ, ਲਾਈਕ ਸ਼ੇਅਰ ਕਰਦੇ ਆ, ਉਹਨਾਂ ਦਾ ਵੀ ਧੰਨਵਾਦ। ਅਤੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਸਾਨੂੰ ਮਾੜਾ ਚੰਗਾ ਵੀ ਲਿਖਦੇ, ਤਾਂ ਉਹਨਾਂ ਦਾ ਵੀ ਧੰਨਵਾਦ, ਸਾਨੂੰ ਥੋੜ੍ਹਾ ਜਿਹਾ ਸਮਝਣ ਨੂੰ ਟਾਈਮ ਮਿਲ ਜਾਂਦਾ, ਠੀਕ ਹੈ। ਅਤੇ ਇੱਕ ਮੈਂ ਧੰਨਵਾਦ ਤੁਹਾਡਾ ਕਰਨਾ ਚਾਹੁੰਦਾ ਸੰਧੂ ਸਾਹਿਬ, ਵੀ ਜਿਹੜਾ ਤੁਸੀਂ ਕਮੈਂਟ ਨਹੀਂ ਬੰਦ ਕਰਦੇ, ਇਹ ਕਮੈਂਟਾਂ ਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਵੀ ਅਸੀਂ ਕਿਸੇ ਕੰਮ ਚੰਗਾ ਕਰੀਏ, ਨਾਲੇ ਸਾਨੂੰ ਵੀ ਡਰ ਰਹਿੰਦਾ। ਜਿਹੜੇ ਚੈਨਲ ਵਾਲੇ ਵੀਡੀਓ ਬਣਾ ਕੇ ਆਪਣੇ ਕਮੈਂਟ ਬੰਦ ਕਰਦੇ, ਉਹ ਚੈਨਲ ਵਾਲਿਆਂ ਨੂੰ ਬੇਨਤੀ ਆ ਕਿ ਇਹ ਬੰਦ ਨਾ ਕਰਿਆ ਕਰਨ, ਇਹਦੇ ਨਾਲ ਤੁਹਾਡੇ ਬੰਦ ਕਰਨਾ ਆਮ ਪਬਲਿਕ ਦਾ ਬਹੁਤ ਹੀ ਨੁਕਸਾਨ ਹੋ ਰਿਹਾ, ਕਿਉਂਕਿ ਉਹਦੇ ਵਿੱਚ ਪਤਾ ਨਹੀਂ ਚੱਲ ਰਿਹਾ ਕਿਹੜਾ ਚੋਰ ਤੇ ਕਿਹੜਾ ਸਾਧ, ਸਾਰਾ ਤਬਲਾ ਕੁੱਥਾ ਚਲੀ ਜਾਂਦਾ। ਉਹ ਕਮੈਂਟ ਨਾ ਬੰਦ ਕਰਨਾ, ਉਹ 'ਚ ਪਤਾ ਲੱਗ ਜਾਂਦਾ ਕਈਆਂ ਧੋਖੇ ਬਹੁਤ ਵੱਡੇ ਵੱਡੇ ਹੋ ਗਏ ਆ। ਪਲੀਜ਼ ਇਹਨਾਂ ਕੀ ਬੇਨਤੀ ਪ੍ਰਵਾਨ ਕਰਨ, ਕੋਈ ਵੀ ਚੈਨਲ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਕਿਉਂਕਿ ਜਿਹਨੇ ਕੰਮ ਕਰਨਾ ਹਰ ਚੈਨਲ ਵਾਲਾ ਕੰਮ ਕਰੇ ਵਧੀਆ, ਤੁਹਾਡੀ ਇਹ ਖਾਸਿਅਤ ਹੈ ਕਿ ਤੁਸੀਂ ਕਮੈਂਟ ਨਹੀਂ ਬੰਦ ਕਰਦੇ। ਦੂਜੀ ਗੱਲ ਤੁਹਾਡੀ ਇੱਕ ਮੈਨੂੰ ਹੋਰ ਚੰਗੀ ਲੱਗੀ ਵੀ ਜਿਹੜਾ ਤੁਸੀਂ ਮੂੰਹ ਤੇ ਗੱਲ ਕਰਦੇ ਵੀ ਜਿਹਨੇ ਗਲਤ ਕੰਮ ਕਰਨਾ ਉਹ ਮੇਰੇ ਕੋਲ ਵੀਡੀਓ ਨਾ ਬਣਾਵੇ, ਬਿਲਕੁਲ ਜੀ, ਬਹੁਤ ਵਧੀਆ ਗੱਲ ਆ, ਸ਼ਾਬਾਸ਼, ਚੰਗਾ ਲੱਗਦਾ। ਬਾਕੀ ਹਰ ਬੰਦੇ ਨੂੰ ਵੀ ਚੰਗਾ ਚਾਹੀਦਾ ਵੀ ਜਿਹਨੇ ਵੀਡੀਓ ਬਣਾਉਣੀ, ਵੀਡੀਓ ਬਦਲ ਬਣਾਉਣ ਦਾ ਮਤਲਬ ਇਹ ਆ ਕਿ ਆਪਣੇ ਵਿੱਚੋਂ ਦਲਾਲ ਖਤਮ ਹੋ ਜਾਂਦੇ, ਬਿਲਕੁਲ, ਆਮ ਲੈਣ ਵਾਲਾ ਸੰਪਰਕ ਸਿੱਧਾ ਕਰ ਲੈਂਦਾ, ਅਤੇ ਜੇ ਉਹਨੂੰ ਫਿਰ ਵੀ ਚੀਜ਼ ਚੰਗੀ ਨਾ ਮਿਲੀ ਫਿਰ ਦਲਾਲ ਸਾਰਿਆਂ ਨੂੰ ਫਿਰ ਦਲਾਲ ਚੰਗੇ, ਬਿਲਕੁਲ ਬਿਲਕੁਲ ਬਿਲਕੁਲ। ਇਸ ਕਰਕੇ ਬੇਨਤੀ ਆ ਵੀ ਸਾਰੇ ਮੇਰੇ ਨਾਲ ਚੰਗੇ, ਹਮ ਨੇ ਚੰਗੇ, ਬੁਰਾ ਨੇ ਕੋਈ, ਸਭ ਸਾਡੇ ਤੋਂ ਚੰਗੇ ਆ, ਬਿਲਕੁਲ ਜੀ, ਪਰ ਥੋੜ੍ਹਾ ਜਿਹਾ ਪਲੀਜ਼ ਰੱਬ ਤੋਂ ਡਰੋ, ਸੱਚੇ ਪਾਤਸ਼ਾਹ ਤੋਂ ਡਰੋ, ਕੋਈ ਨਹੀਂ, ਕੁਛ ਨਹੀਂ, ਇੱਥੇ ਰਹਿ ਜਾਣਾ ਸਭ ਕੁਛ, ਬਿਲਕੁਲ ਜੀ। ਸੋ ਦੋਸਤੋ ਕਿਸੇ ਦਾ ਗੁਨਾਹ ਨਹੀਂ ਮੈਂ ਕੱਢਦਾ, ਕਿ ਕੋਈ ਗੁਨਾਹਗਾਰ ਆ ਚਾਹੇ ਕੋਈ ਵੀਰ ਚੈਨਲ ਵਾਲੇ ਆ, ਸਾਰੇ ਸੀਨੀਅਰ ਏ ਆਪਣੇ ਤੋਂ ਬਾਅਦ, ਜਿਹੜੀ ਦੋਸਤੋ ਗੱਲ ਕਰੀਏ ਸਾਰੇ ਤੁਸੀਂ ਸਿਆਣੇ ਹੋ, ਸਾਰੇ ਸੀਨੀਅਰ ਜਿੰਨੇ ਵੀ ਵੀਡੀਓ ਬਣਾਉਂਦੇ ਹੋ। ਇੱਕ ਰਿਕੁਐਸਟ ਆ ਦੋਸਤੋ, ਚੰਗੇ ਮਾੜੇ ਦਾ ਪਤਾ ਲੱਗ ਜਾਂਦਾ, ਕਮੈਂਟ ਨਾ ਬੰਦ ਕਰਕੇ ਰੱਖੋ, ਚੈਨਲ ਨੂੰ ਸਾਫ਼ ਸੁਥਰਾ ਰੱਖੋ, ਵੀ ਪਤਾ ਲੱਗ ਜੂਗਾ ਵੀ ਕੋਈ ਕਿੰਨੇ ਕੁ ਪਾਣੀ ਜਾਂ, ਜਿਹੜੀ ਆਪਾਂ ਘੜੀ ਮੁੜੀ ਵਾਰ ਵਾਰ ਉਸੇ ਮਾੜੇ ਬੰਦੇ ਦੀ ਵੀਡੀਓ ਪਾਵਾਂਗੇ ਅਤੇ ਕਮੈਂਟ ਬੰਦ ਕਰਾਂਗੇ, ਅਤੇ ਨੁਕਸਾਨ ਆਮ ਪਬਲਿਕ ਨੂੰ, ਆਪਣੇ ਭੈਣ ਭਰਾਵਾਂ ਨੂੰ ਆ, ਜਿਹੜੇ ਆਪਾਂ ਨੂੰ ਵਿਊ ਕਰਦੇ ਆ ਉਹਨਾਂ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ। ਇਸ ਕਰਕੇ ਕਮੈਂਟ ਜਿਹੜੇ ਦੋਸਤੋ ਔਨ ਰੱਖੋ, ਤਾਂ ਜੋ ਮਾੜੇ ਚੰਗੇ ਬੰਦੇ ਦਾ ਜਾਂ ਕੋਈ ਸਾਈ ਵਧਾਈ ਕਿਸੇ ਨੇ ਪਾਈ ਆ ਗਲਤੀ, ਉਹਨਾਂ ਦੀ ਕਰਕੇ ਕਿਸੇ ਦਾ ਜਿਹੜਾ ਸਾਈ ਵਧਾਈ ਜਿਹੜਾ ਦੋਸਤੋ ਬਿਆਨਾ ਮਰਦਾ ਜਾਂ ਕੋਈ ਪੈਸੇ ਮਰਦੇ ਉਹ ਵੀ ਪਤਾ ਲੱਗਦੇ ਆ। ਅਤੇ ਕਮੈਂਟ ਜਿਹੜੇ ਜ਼ਰੂਰ ਔਨ ਰੱਖਿਆ ਕਰੋ, ਤਾਂ ਜੋ ਮਾੜੇ ਚੰਗੇ ਬੰਦੇ ਦਾ ਪਤਾ ਲੱਗ ਸਕੇ, ਅਤੇ ਵਪਾਰ
ਸਾਫ਼ ਸੁਥਰਾ ਬਣੇ। ਠੀਕ ਆ ਜੀ, ਇਹ ਲੰਮਾ ਕੰਮ ਤਾਂ ਹੀ ਚੱਲਣਾ ਦੋਸਤੋ ਜੇ ਸਾਰੇ ਪਹਿਲੂਆਂ ਤੋਂ ਆਪਾਂ ਬਿਲਕੁਲ ਸੱਚਾਈ ਦੇ ਤੌਰ 'ਤੇ ਚੱਲਾਂਗੇ, ਚਾਹੇ ਵੇਚਣ ਵਾਲੇ ਆ, ਚਾਹੇ ਖਰੀਦਦਾਰ ਆ, ਚਾਹੇ ਵੀਡੀਓ ਬਣਾਉਣ ਵਾਲੇ ਵੀਰ ਹੀ ਆ। ਠੀਕ ਆ, ਮੇਰੇ ਤੋਂ ਤੁਸੀਂ ਸਾਰੇ ਸੀਨੀਅਰ, ਥੋੜ੍ਹਾ ਜਿਹਾ ਆਪਾਂ ਇਹ ਗੱਲਾਂ ਦਾ ਧਿਆਨ ਦੇਣਾ। ਜੇਕਰ ਕੋਈ ਇੱਕ ਬੰਦਾ ਵੀਡੀਓ ਛੱਡਦਾ, ਭੁੱਲਰ ਸਾਹਿਬ, ਇੱਕ ਬੰਦਾ ਜੇਕਰ ਕੋਈ ਕਿਸੇ ਬੰਦੇ ਦੀ ਵੀਡੀਓ ਛੱਡਦਾ, ਇਹ ਨਹੀਂ ਕਿ ਵੀਡੀਓ ਬਣਾਉਣ ਵਾਲੇ 'ਚ ਨੁਕਸ ਆ। ਮੈਂ ਵੀਡੀਓ ਬਣਾਉਣ 'ਚ ਕਿਉਂ ਨੁਕਸ ਆ? ਵੀਡੀਓ ਬਣਾਉਣਾ ਤਾਂ ਛੱਡਦਾ ਕਿ ਬਾਅਦ ਵਿੱਚ ਉਹਦੇ ਐਕਸ਼ਨ ਆ ਜਾਂਦਾ। ਬਿਲਕੁਲ ਵੀ ਭਾਈ ਤੂੰ ਵੀ ਇਹ ਬੰਦੇ ਦੀ ਵੀਡੀਓ ਬਣਾਈ ਸੀ, ਕਿਉਂ ਬਣਾਈ, ਤੈਨੂੰ ਪਤਾ ਗਲਤ ਆ। ਬਿਲਕੁਲ ਜੀ, ਅਤੇ ਇਸ ਕਰਕੇ ਪਲੀਜ਼ ਬਣਾਉਣ ਵਾਲੇ ਦਾ, ਬਣਾਉਣ ਵਾਲੇ ਦਾ ਕੋਈ ਕਸੂਰ ਹੀ ਕਸੂਰ ਸਾਡਾ ਆ। ਬਿਲਕੁਲ, ਆਪਾਂ ਚੱਕਦੇ ਟੈਲੀਫੋਨ ਇਹ ਨਹੀਂ ਵੇਖਦੇ ਬੰਦਾ ਨਪਰੀ ਇਹਦੇ ਕਮੈਂਟ ਕਿਉਂ ਬੰਦ ਆ, ਕਿ ਕਿਹੜੇ ਜਿਹੜਾ ਚੋਰ ਹੋਊ ਉਹ ਹੀ ਆਪਣੇ ਬੰਦ ਕਮੈਂਟ ਕਰੂਗਾ। ਬਿਲਕੁਲ, ਇਸ ਕਰਕੇ ਬਣਾਉਣ ਵਾਲੇ ਬਣਾਓ ਵੀਡੀਓ, ਅਸੀਂ ਨਹੀਂ ਕਹਿੰਦੇ ਚਾਰ ਚਾਰ ਬਣਾਓ ਦਿਹਾੜੀ ਦੀਆਂ, ਪਰ ਚੰਗੇ ਕੰਮ ਕਰੋ, ਥੋੜ੍ਹਾ ਇੱਦਾਂ ਨਾ ਕਰੋ, ਬਹੁਤ ਧੱਕਾ ਹੁੰਦਾ ਲੋਕਾਂ ਨਾਲ, ਨਾ ਕਰੋ। ਹਾਂ, ਇਹ ਨਹੀਂ ਮੈਂ ਨਹੀਂ ਕਹਿੰਦਾ, ਮੈਂ ਹੀ ਚੰਗਾ ਹਾਂ। ਬਿਲਕੁਲ, ਮੇਰਾ ਵੀ ਆ ਕੇ ਚੈੱਕ ਕਰੋ ਕੰਮ। ਬਿਲਕੁਲ, ਜਿਹੜੇ ਖਰੀਦਣ ਵਾਲੇ ਮੇਰੇ ਵੀਰ ਭਰਾ, ਇੱਕਦਮ ਨਾ ਕਾਹਲੀ ਕਰ ਲਿਆ ਕਰੋ, ਪਹਿਲਾਂ ਵੀਡੀਓ ਚੱਜ ਨਾਲ ਵੇਖਿਆ ਕਰੋ। ਇੱਕ ਹੋਰ ਬੇਨਤੀ ਕਰਨੀ ਆ, ਵੀਡੀਓ ਵਿੱਚ ਰੇਟ ਦੱਸੇ ਹੁੰਦੇ ਆ, ਦੁੱਧ ਦੱਸਿਆ ਹੁੰਦਾ, ਚਾਰ ਪੰਜ ਵਾਰੀ ਵੀਡੀਓ ਵੇਖ ਕੇ ਫੋਨ ਕਰਿਆ ਕਰੋ, ਫਿਰ ਤੁਹਾਡੇ ਕੋਲ ਬਾਰ ਬਾਰ ਨਾ ਵਟਸਐਪ 'ਤੇ ਵੀਡੀਓ ਮੰਗਾਇਆ ਕਰੋ ਵੀ ਭਾਅ ਵਾਇਆ ਦੀ ਤੋਰ ਕੇ ਦੱਸੋ ਦੁੱਧ ਕਿੰਨਾ ਆ। ਆਪਣਾ ਐਡਰੈਸ ਮੇਰਾ ਦੱਸ ਦਿਓ ਜੀ, ਪਿੰਡ ਭੁੱਲਰ ਵਿਹੜਾ ਜੀ ਮੇਰਾ, ਜ਼ਿਲ੍ਹਾ ਕਪੂਰਥਲਾ ਆ, ਅਤੇ ਸੁਰਖਪੁਰ ਪਟਾੜ ਵੀ ਨੇੜੇ ਆ, ਧਾਲੀਵਾਲ ਬੇਟ ਵੀ ਨੇੜੇ ਆ, ਅਤੇ ਇੱਧਰ ਜੇ ਨਕੋਦਰ ਲਾਉਣਾ ਤਾਂ ਮਾਡਲ ਜੇਲ੍ਹ ਸਾਡੇ ਨੇੜੇ ਆ। ਬਿਲਕੁਲ, ਅਤੇ ਇੱਧਰੋਂ ਬਿਆਸ 5-6 ਕਿਲੋਮੀਟਰ ਆ। ਭੁੱਲਰ ਸਾਹਿਬ ਇੱਕ ਸੰਪਰਕ ਨੰਬਰ ਆਪਣੇ ਦੱਸ ਦਿਓ। ਦੇਖੋ ਜੀ, 82-84-85-54-84, ਠੀਕ ਹੈ ਜੀ, ਇੱਥੇ ਚੱਲਦਾ ਵਟਸਐਪ। ਕੋਈ ਵੀ ਗੱਲਬਾਤ ਕਰਨੀ ਮੇਰੇ ਨਾਲ ਫੋਨ 'ਤੇ ਸਿੱਧੀ ਕਰੋ, ਕਮੈਂਟ ਸਾਨੂੰ ਪਾਉਣੇ ਨੇ ਤਾਂ ਲਿਖਣੇ ਨੇ, ਤਾਂ ਸਿੱਧੀ ਗੱਲ ਕਰ ਲਿਆ ਕਰੋ। ਬਿਲਕੁਲ, 94-56-11-5-25 ਜੀ ਉੱਤੇ ਨਾ ਲੱਗੇ, ਦੋਨੋਂ ਨੰਬਰ ਚੱਲਦੇ ਆ। ਠੀਕ ਹੈ, ਅਤੇ ਬਾਕੀ ਜਿਹੜੇ ਗਲਤ ਕੁਤ ਕਰਦੇ ਉਹਨਾਂ ਦਾ ਵੀ ਧੰਨਵਾਦ, ਸਾਨੂੰ ਅਗਲਾ ਆਉਂਦੀ ਦੀਦੀ ਕਰਨੇ ਵੀ ਚਾਹੀਦੇ ਆ। ਬਿਲਕੁਲ, ਬਾਕੀ ਉਹ ਸ਼ੁਰੂ ਸਟਾਰਟ ਕਰੀਏ। ਕਰੋ ਜੀ ਸਟਾਰਟ। ਸੋ ਦੋਸਤੋ, ਅੱਜ 3 ਮੱਝਾਂ ਝੋਟੀਆਂ ਦਿਖਾ ਦਾਂਗੇ, ਇੱਕ ਲਾਸਟ 'ਤੇ ਤੁਹਾਨੂੰ ਆਪਾਂ ਜਿਹੜੀ ਵੈੜ ਦਿਖਾਵਾਂਗੇ। ਦੁੰਦੀਆਂ ਚੌਕੀ ਚੌਕੀਆਂ ਹੋਣਗੀਆਂ, ਪਸ਼ੂ ਸਾਰੇ ਅੱਜ ਚੌਕੇ ਹੀ ਆ, ਇੱਕ ਪਹਿਲੇ ਨੰਬਰ ਵਾਲੀ ਅਸੀਂ ਮੱਝ ਨੂੰ ਛੱਡ ਕੇ। ਸੋ ਭਾਅ ਜੀ ਭੁੱਲਰ ਸਾਹਿਬ, ਪਹਿਲੇ ਨੰਬਰ ਇਸ ਮੱਝ ਦਾ ਕੀ ਰਿਕਾਰਡ ਆ, ਕੀ ਹਿਸਾਬ ਕਿਤਾਬ ਆ ਜੀ? ਇਹ ਵੈ ਮੱਝ ਜੀ ਦੂਜੇ ਸੂਏ ਆ। ਹਾਂਜੀ, ਰਿਕਾਰਡ ਇਹਦਾ ਸਾਡੇ ਕੋਲ, ਅਸੀਂ ਦੁੱਧ 14+ ਚੱਲਦਾ, ਅਸੀਂ 2 ਟਾਈਮ ਤਸੱਲੀ 14 ਲੀਟਰ ਦੀ ਕਰਾਵਾਂਗੇ ਬੱਚੇ ਸਮੇਤ। ਅੱਛਾ ਜੀ। ਹਾਂਜੀ, ਕੋਈ ਕੰਡਾ ਲੈ ਕੇ ਕਰ ਲਵੇ, ਕੋਈ ਵਟਸਐਪ 'ਤੇ ਕਰ ਲਵੇ, ਕੋਈ ਆ ਕੇ ਕਰ ਲਵੇ, ਜਿੱਦਾਂ ਵੀ। ਇੱਕ ਇਹਦੀ ਗਾਰਡ ਜਿਹੜੀ ਕਿਲੋ ਦੀ ਆ, ਗਾਰਡ ਘਾਟਾ ਕਿਲੋ ਆ, ਗਾਰਡ ਜਿਹੜੀ ਆ ਐ ਧਾਰ ਮੋਟਰ ਬਰਾਬਰ ਚਵਾਈ, ਠੀਕ ਹੈ ਜੀ, ਇੱਕ ਧਾਰ ਦਾ ਫਰਕ, ਗਾਰਡ ਦਾ ਵੀ ਨਹੀਂ ਹੁੰਦਾ ਪਛਾੜਦਾ ਉਹ, ਠੀਕ ਆ। ਤੇ ਜੋ ਗੱਲ ਕਲੀਅਰ ਦੇਣੀ ਕਿ ਦੂਰ ਵੀਰ ਭਰਾ ਨੂੰ ਦੂਰ ਆਉਣਾ ਹੁੰਦਾ, ਠੀਕ ਹੈ, ਦੂਰੋਂ ਜੀ। ਬਿਲਕੁਲ, 14 ਲੀਟਰ ਦੀ ਅਸੀਂ ਇਹਦੀ ਬਿਲਕਿੰਗ ਕਰਾਵਾਂਗੇ ਜੀ, ਕੰਡਾ ਕਰਾ ਲੈਣਾ, ਵੀਡੀਓ ਕਾਲ 'ਤੇ ਕਰਾ ਲੈਣਾ, ਆਪ ਆ ਕੇ ਤਸੱਲੀ ਕਰ ਲੈਣ, ਕੋਈ ਚਿੰਤਾ ਨਹੀਂ। 6 ਵਜੇ ਤੋਂ 6 ਵਜੇ ਦੀ ਚਵਾਈ ਹੋਊਗੀ, ਜਦੋਂ ਮਰਜ਼ੀ। ਹੁਣ ਆਪਾਂ ਟਾਈਮ ਇੱਕ ਵਾਰੀ ਫੇਰ ਦੋਸਤੋ ਤੁਹਾਨੂੰ ਕਨਫਰਮ ਕਰਾ ਦਿੰਦੇ ਹਾਂ, ਜ਼ਰੂਰ ਤੁਸੀਂ ਨੋਟ ਕਰ ਸਕਦੇ ਹੋ, ਠੀਕ ਆ ਜੀ। ਅਤੇ ਆਹ ਤੁਸੀਂ ਵੇਖ ਸਕਦੇ ਹੋ ਟਾਈਮ, ਕੋਈ 2:20 ਦੁਪਹਿਰ ਦਾ ਟਾਈਮ ਆ ਜੀ, ਠੀਕ ਆ। ਅਤੇ ਦੂਜਾ ਸੂਆ ਸੂਈ ਹੈ ਭਰਾਵੋ, ਤਾਂ 14 ਕਿਲੋ ਮਿਹਨਤੀ ਵਾਲਾ ਦੁੱਧ ਇਹਦੇ ਕੋਲ, ਅਤੇ ਦੇਣ ਭਾਅ ਜੀ ਭੁੱਲਰ ਸਾਹਿਬ ਰਿਪੀਟ ਕਰਿਓ ਇੱਕ ਵਾਰੀ, 10 ਲਾ ਲਓ 8 ਲਾ ਲਓ, ਆਪਾਂ 9 ਦਿਨ ਦੇ ਕਰੀਬ ਆ, ਤੁਸੀਂ 10 ਹੀ ਲਾ ਲਓ, 10 ਦਿਨ ਲਾ ਲਓ। ਆਹ ਕੱਟੀ ਮਗਰ ਵੇਖੋ ਜੀ, ਮਗਰ ਕੱਟੀ ਵੀ ਤੋਹਫਾ ਹੈ ਜੀ, ਠੀਕ ਹੈ। ਅਤੇ ਕਿਸੇ ਵੀਰ ਨੇ ਅੱਗੇ, ਚਾਹੇ ਨੀਲੀ ਰਾਵੀ ਤੋਂ, ਮਾਲੀ ਤੋਂ ਜੰਪ, ਚਾਹੇ ਅੱਗੇ ਟੀਕਾ AI ਕਰਵਾਈ ਸੀ, ਬੱਚਾ ਸੋਹਣਾ, ਬਹੁਤ ਸੋਹਣਾ ਪਾਇਆ ਥੱਲੇ, ਕੱਟੀ ਆ, ਠੀਕ ਆ, ਫੀਮੇਲ ਆ। ਅਤੇ ਖੁੱਲ੍ਹਾ ਡੁੱਲਾ ਜਿਹੜਾ ਮੈਂ ਇਹਦੇ ਕੋਲ ਦੁੱਧ ਆ ਦੋਸਤੋ, ਜਿੰਨਾ ਭੁੱਲਰ ਸਾਹਿਬ ਨੇ ਕਿਹਾ, ਜਿਹੜੀ ਠੀਕ ਆ, ਤਸੱਲੀ ਤੁਸੀਂ 2 ਟਾਈਮ ਕਰ ਲਿਓ। ਅਤੇ ਆਹ ਫੇਸ ਕੁਆਲਿਟੀ ਆ, ਖੋਲੋ ਜੀ, ਦਿਖਾਈਏ, ਇਹਨੂੰ ਦਮਾ ਤੋਰਿਓ ਜੀ ਇਹਨੂੰ। ਬਾਕੀ ਥਣਲੇਵਾ ਜਿਹੜਾ ਵਧੀਆ, ਠੀਕ ਆ, ਗਾਰਡ ਦੱਸਦੀ ਭੁੱਲਰ ਸਾਹਿਬ ਨੇ ਵੀ ਅਗਲੇ ਥਣਾਂ ਦੇ ਵਿੱਚ 1 ਕਿਲੋ ਦੁੱਧ ਹੈਗਾ, ਠੀਕ ਆ। ਅਤੇ ਮਗਰ ਵਰਾ ਵਰੂ ਚੰਗਾ ਦੋਸਤੋ,
ਉਲਟਾ ਸਾਹਿਬ 14 ਕਿਲੋ ਦੱਸਦਾ ਜੀ। ਹਾਂਜੀ, ਇਹ ਵੀਡੀਓ ਬਣਾਉਣ ਦਾ ਕੋਈ ਇਰਾਦਾ ਨਹੀਂ, ਤੁਹਾਡਾ ਫੋਨ ਆ ਗਿਆ। ਬਿਲਕੁਲ ਜੀ, ਤੇ ਦੋ ਕੁ ਬੈਠਾਂ ਪਹਿਲਾਂ ਬੈਗੀਆਂ ਦੋ ਕੁ ਲਈਆਂ ਹੋਈਆਂ, ਆਪਣੇ ਕੋਲ ਵੀਡੀਓ ਇੱਦਾਂ ਦਿਖਾ ਦਾਂਗੇ ਆਪਾਂ। ਬਿਲਕੁਲ ਬਿਲਕੁਲ, ਆਈਆਂ ਨੇ, ਤੁਸੀਂ ਚਾਹਣ ਕੇ ਆ ਗਿਆ ਕਰਕੇ, ਆਪਾਂ ਕੋਈ ਤਿਆਰੀ ਨਹੀਂ ਆਪਣੀ, ਨਾ ਆਪਾਂ ਕਰਦੇ ਹੀ ਆ। ਬਿਲਕੁਲ ਜੀ, ਭਾਵਾਂ ਕੋਈ ਬੰਦਾ ਵੀ, ਮੇਰਾ ਚੈਲੰਜ ਆ 6 ਵਜੇ ਸਾਡੀ, 5:30 ਆ ਜਾਓਗੇ ਤੇ ਹਵੇਲੀ ਦਾ ਲੋਕ ਲੱਗਾ ਹੋਊਗਾ, 6 ਵਜੇ ਖੁੱਲੂਗੀ ਸਵੇਰੇ ਤੇ ਸ਼ਾਮ ਨੂੰ 6 ਵਜੇ। ਭੁੱਲਰ ਸਾਹਿਬ, ਜੇ 14 ਦਾ 12 ਨਿਕਲਿਆ ਫਿਰ ਜਾਂ 11 ਨਿਕਲਿਆ? ਮੈਂ ਕਿਹਾ ਜਿੰਨੇ ਕਿਲੋ ਨਿਕਲੇ ਉਹਨੇ 10,000 ਆਡਾ ਦੇਣੇ। ਠੀਕ ਹੈ ਜੀ, ਹਾਂ, ਤਸੱਲੀ ਉਹਨਾਂ ਨੇ ਕਰਨੀ ਜਿੰਨੇ ਕਰਨੀ ਆ। ਜੇ 14 ਦਾ 13 ਨਿਕਲਿਆ ਤੇ 10,000 ਉੱਡ ਜਾਣਾ, ਪੂਰੀ ਰਕਮ ਦੱਸੀ ਉੱਡ ਜੂਗਾ, ਉੱਡ ਜੂਗਾ। ਠੀਕ ਹੈ ਭਰਾ ਜੀ, ਆਹੀ ਯਾਰ ਨਹੀਂ ਉਡਾਉਣਾ, ਜ਼ਿਆਦਾ ਉਡਾਉਣਾ। ਬਿਲਕੁਲ, ਜੇ 15 ਨਿਕਲਿਆ ਦਰ ਪਾਉਣਾ ਵੀ ਆ, ਫਿਰ ਪਾਉਣਾ ਵੀ ਪਊਗਾ। ਹੈ ਤੇ ਵਧੀਆ ਚੰਗੇ ਕੱਦ ਕਾਠੀ ਦੇ ਦੋਸਤੋ, ਪਤਲੀ ਚਮੜੀ ਆ, ਤੇ ਮੱਝ ਦਾ ਰੇਟ ਪੁੱਛਦੇ ਹਾਂ ਆਪਾਂ। ਬਾਕੀ ਬਣਤਰ ਬੁਣਤਰ ਲੇਵੇ ਦੀ ਕੁਆਲਿਟੀ ਆਰਡਰ ਦੀ ਕਾਫੀ ਕਾਫੀ ਖੂਬਸੂਰਤ ਆ। ਤੇ ਮੁੱਲ ਭੁੱਲਰ ਸਾਹਿਬ ਇਹਦਾ ਲੈਣਾ ਚਾਹੀ ਬੋਲੀ? ਅੱਛਾ ਜੀ, ਮੁੱਲ 1-20 ਕਰੀਏ ਜੀ, 1-10 ਕਰੀਏ, ਕੋਈ ਫਾਇਦਾ ਨਹੀਂ। ਹਾਂਜੀ, 1 ਲੱਖ 'ਚੋਂ ਛੋੜ ਛੱਪਾ ਕਰ ਦਾਂਗੇ, ਐਂ ਗਏ ਮੰਨ ਲਓ 1 ਲੱਖ 'ਚੋਂ। ਹਾਂਜੀ, 1 ਲੱਖ 'ਚੋਂ ਛੋੜ ਛੱਪਾ। ਥੱਲੇ ਬੱਚਾ ਜਿਹੜਾ ਦੋਸਤੋ, ਮੈਂ ਇੱਕ ਵਾਰੀ ਫਿਰ ਵਿਖਾ ਦੇਣਾ, ਕੱਟੀ ਆ ਕਾਫੀ ਖੂਬਸੂਰਤ ਕੱਟੀ, ਮਗਰ ਅਤੇ ਚਵਾਈ ਤੁਸੀਂ ਕਰਨੀ ਹੈ, ਤਸੱਲੀ ਤੁਸੀਂ ਕਰਨੀ ਹੈ। ਠੀਕ ਆ, ਅਤੇ ਚਵਾ ਚਬੂ ਭੁੱਲਰ ਸਾਹਿਬ ਕਹਿੰਦਾ ਵੀ ਵਧੀਆ ਹੈਗਾ, ਪੋਲਾ ਚਵਾ ਹੈ, ਬਾਕੀ ਅਗਲੇ ਥਣਾਂ ਦਾ ਬਿਲਕੁਲ ਜਿਹੜਾ ਸਹਿਜ ਆ, ਅਤੇ ਮਗਰਲੇ ਥਣਾਂ ਦਾ ਸਹਿਜ ਤੁਸੀਂ ਵੇਖੋ, ਥੋੜ੍ਹਾ ਜਿਹਾ ਸਮੋਲ ਛੋਟਾ ਸਹਿਜ ਅਗਲੇ ਥਣਾਂ ਦਾ, ਪਰ ਬਰਾਬਰ ਆ ਅਗਲੇ ਅਗਲੇ ਥਣ ਸਹਿਜ ਵਿੱਚ ਪਿਛਲੇ ਥਣ। ਅਤੇ ਇਹ ਜਿਹੜਾ ਦੋਸਤੋ ਰੇਟ ਆ, ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਕੁੰਡੀ ਚੋਰ ਚੰਗੀ ਝੋਟੀ ਸ਼ਕੀਨ ਪੁਖਾਉਣੇ ਆ, ਦੂਜੇ ਨੰਬਰ 'ਤੇ ਆ, ਅਤੇ ਆਹ ਦੇਖੋ ਜੀ। ਠੀਕ ਆ ਜੀ, ਖੋਲੋ ਇਹ ਪਹਿਲਾਂ ਤਾਂ ਦੱਸੀਏ ਜੀ ਡਿਟੇਲ ਭੁੱਲਰ ਸਾਹਿਬ। ਇਹ ਪਹਿਲੀ ਝੋਟੀ ਹੈ, ਪਹਿਲਣੀ ਹੈ, ਮੂੰਹ 4 ਦੰਦ ਆ, ਮੂੰਹ ਚੌਕੀ ਆ। ਹਾਂਜੀ, ਤੇ ਆਹ ਵੇਖੋ ਦੋਸਤੋ, ਸ਼ਕੀਨੀ ਸ਼ਕੂਨੀ, ਠੰਡੀ ਝੋਟੀ, ਕੋਈ ਚੱਕਰ ਨਹੀਂ, ਜਿੱਦਾਂ ਮਰਜ਼ੀ ਚੋਏਗੇ, ਹਰ ਚੀਜ਼ ਦੀ ਠੰਡੀ ਝੋਟੀ। ਇਹ ਦਿਨਾਂ ਕਿੰਨੇ ਦੀ ਸੂਈ ਆ ਜੀ? ਇਹ ਦਿਨ 7ਵਾਂ ਆਊਗਾ, 7ਵਾਂ ਦਿਨ ਆ ਜੀ। ਬੱਚਾ ਥੱਲੇ ਨੇ ਪਾਤਾ, ਕੱਟਾ ਆ ਗਿਆ ਮੇਲ, ਤੇ 7ਵਾਂ ਦਿਨ, ਤੇ ਬਹੁਤ ਹੁਣ ਮਤਲਬ ਕਿ ਦੁੱਧ ਦੀ ਆ ਗਈ, ਦੁੱਧ ਆ ਬਹੁਤ ਟੱਪ ਗਈ ਜੀ। ਹਾਂ, ਦੁੱਧ ਹੁਣ ਕਿੰਨਾ ਚਵਾ ਗਈ ਜੀ? ਸੋ ਦੁੱਧ 11 ਤੋਂ ਬਾਹਰ ਆ, 12ਵਾਂ, ਪਰ ਅਸੀਂ 11 ਦੀ ਚਵਾਈ ਜਾਵਾਂਗੇ, 11 ਦੀ। ਹਾਂਜੀ, ਲਓ ਵੀ ਭਰਾਵੋ, 11 ਤੋਂ ਬਾਹਰ ਆ, ਪਰ 11 ਦੀ ਚਵਾਈ ਤੁਸੀਂ ਕਰਨੀ ਆ, ਬੱਚਿਆਂ ਦੀ ਜ਼ੋਰ ਆ। ਠੀਕ ਆ, ਬੱਚੇ ਦਾ ਸਿਮੇਤ ਪਾ ਕੇ, ਠੀਕ ਆ, ਬੱਚੇ ਦਾ ਵਿੱਚੇ ਪਾ ਕੇ 11 ਜੀ। ਹਾਂਜੀ, ਆਹ ਸਿੰਗੀ ਸੁੰਗੀ ਆ, ਸ਼ਕੀਨੀ ਸ਼ਕੀਨੀ, ਪਰ ਆਪਾਂ 11 ਹੀ ਕਰਾਵਾਂਗੇ। ਠੀਕ ਆ, ਭੁੱਲਰ ਸਾਹਿਬ ਕਈ ਵੀਰਾਂ ਦੇ ਲਾਂਭੇ ਆ ਯਾਰ, ਜਿਹਨਾਂ ਉਹ ਇਹ ਲਾਂਭੇ ਆ ਵੀ ਸਾਈ ਬਿਆਨਾ ਕਰ ਲੈਂਦੇ ਆ। ਹਾਂਜੀ ਹਾਂਜੀ, ਅਤੇ ਜੇਕਰ ਕਹਿ ਦੇਈਏ ਨਾ ਵੀ ਵਟਸਐਪ 'ਤੇ ਵੀਡੀਓ ਕਾਲ 'ਤੇ ਚਵਾ ਦਿਉ। ਹਾਂਜੀ ਹਾਂਜੀ, ਅਤੇ ਕੋਈ ਵੀਰ ਲਾਰੇ ਲੱਪੇ ਆਉਂਦੇ, ਮੈਂ ਇੱਧਰ ਗਿਆ ਮੈਂ ਉੱਧਰ ਗਿਆ, ਅਤੇ ਬਾਅਦ ਵਿੱਚ ਬਿਲਕੁਲ ਅਸੀਂ ਬਿਨਾਂ ਸਾਈ ਤੋਂ ਵੀਡੀਓ ਤੋਂ ਕਹਿ ਦਿੰਦੇ ਵੀ ਦੋ ਟਾਈਮ ਚਵਾਈ ਕਰ ਲਿਓ, ਬਾਅਦ 'ਚ ਚਵਾਉਂਦੇ ਨਹੀਂ। ਸਾਡਾ ਬਿਨਾਂ ਸਾਈ ਤੋਂ ਵੀ ਚਵਾ ਦਾਂਗੇ। ਹਾਂ, ਬੰਦਾ ਕਦੀ ਲੈਣ ਵਾਲਾ ਹੋਵੇ ਨਾ, ਸਾਨੂੰ ਮੁੜ ਕੇ ਉਹ ਮਕੌਲ ਕਰ ਦੇ। ਬਿਲਕੁਲ ਬਿਲਕੁਲ, ਠੀਕ ਨਹੀਂ? ਬਿਲਕੁਲ। ਹਾਂਜੀ ਹਾਂਜੀ, ਸਾਡੀ ਕੋਈ ਅਬਲ ਤੇ ਸੰਧੂ ਸਾਹਿਬ ਜਿੰਨੇ ਤੋਂ ਵੀਡੀਓ ਬਣਾਈਆਂ, ਸੰਦੀਪ ਭਾਈ ਨੇ ਬਣਾਈਆਂ, ਅਜੇ ਤੱਕ ਸਾਡੀ ਨਾ ਤਾਂ ਕਿਸੇ ਨੇ ਸਾਈ ਵਾਪਸ ਕਰਾਈ ਤੇ ਨਾ ਸਾਡਾ ਪਹੁ ਰੁਕਿਆ। ਬਿਲਕੁਲ, ਤੇ ਸਾਈ ਮੁੜੂ ਕਿੱਦਾਂ? ਬਿਲਕੁਲ ਬਿਲਕੁਲ, ਮੁੜੂ ਉਹਦੀ ਜਿਹਨੇ ਗਲਤ ਕੰਮ ਕਰਨਾ। ਬਿਲਕੁਲ, ਆਪਣੇ ਜਿੱਦਾਂ ਮਰਜ਼ੀ ਚਵਾਈ ਕਰੋ, ਤਸੱਲੀ ਕਰੋ। ਬਿਲਕੁਲ, ਨਹੀਂ ਭੁੱਲਰ ਸਾਹਿਬ, ਸਾਈ ਬਿਆਨਾ ਚਲੋ ਵਾਪਸ ਮੁੜਨਾ, ਹਾਂ 1 ਰੁਪਈਆ ਨਹੀਂ ਰੱਖਿਆ, ਮਤਲਬ ਇਹ ਵੀ ਚਵਾਈ ਕਰਕੇ ਚਾਹੇ ਵਟਸਐਪ ਤੇ ਬੰਦਾ ਨਹੀਂ ਆ ਸਕਦਾ, ਆਨਲਾਈਨ ਮਤਲਬ ਸਾਰੀ ਪੇਮੈਂਟ ਪਾਉਣੀ ਹੈ ਬੰਦੇ ਨੇ, ਤੇ ਵੀਡੀਓ ਕਰਾਉਣਾ, ਵੀਡੀਓ ਕਾਲ ਤੇ ਵੀ ਆਪਣਾ ਚਵਾਉਣਾ ਫਰਜ਼ ਬਣਦਾ। ਬਿਲਕੁਲ ਬਿਲਕੁਲ ਬਿਲਕੁਲ, ਦੋਨੋਂ ਟਾਈਮ ਭਾਵੇਂ ਟਾਈਮ ਟੂ ਟਾਈਮ ਬੰਨ ਕੇ ਚਵਾਉਣਾ, ਬਿਲਕੁਲ 6 ਤੋਂ 6। ਹਾਂ, ਜੇਕਰ ਜਿੰਨਾ ਦੱਸਿਆ ਗਿਆ ਦੁੱਧ ਉਹਦੇ ਵਿੱਚ ਘਾਟਾ ਵਾਧਾ ਨਹੀਂ ਜ਼ਿਆਦਾ ਹੈਗਾ, ਨਹੀਂ ਹੋਗਾ, ਨਹੀਂ ਬੰਦਾ ਖਰੀਦਦਾਰ ਵੀ ਸਿਆਣਾ ਹੋਣਾ ਚਾਹੀਦਾ ਵੀ ਉਹ ਖਰੀਦ ਨਹੀਂ ਜਾਈ। ਕਈ ਵਾਰੀ ਸਬਰ 'ਚ ਬਹੁ ਕਿਲੋ ਖੰਡ ਘਟਾ ਆਉਂਦਾ ਦਾ, ਇੱਥੇ ਚੋਇਆ ਹੋਊ, ਅਗਲੇ ਨੂੰ ਪਤਾ ਹੋਊ ਮੈਂ ਚੋਇਆ। ਬਿਲਕੁਲ ਜੀ, ਸਹੀ ਆ, ਅਸੀਂ ਡੱਬੇ ਮਾਰ ਦਾਂਗੇ ਨਾਲ। ਠੀਕ ਹੈ, ਬਿਲਕੁਲ ਜੀ, ਬਿਲਕੁਲ ਆ ਜਾਓ ਛੋਟੇ ਵੀਰ, ਦਿਖਾਈਏ, ਖੋਲ ਦੋ। ਆਹ ਲਓ ਭਰਾਵੋ, ਠੀਕ ਆ, ਝੋਟੀ ਚੰਗੀ ਆ, ਬਣਾ ਥਣਾ ਚੰਗਾ। ਸੋ ਬਹੁਤੇ ਵੀਰਾਂ ਦੇ ਦੋਸਤੋ ਸਵਾਲ ਆ, ਸਵਾਲ ਜਿਹੜੇ ਆਪਾਂ ਵਪਾਰੀ ਭਾਜੀ ਨੂੰ ਆ ਮਾਲਕ ਨੂੰ ਨਾਲੋਂ ਨਾਲ ਹੀ ਤੁਹਾਡੇ ਪੁੱਛਿਆ ਕਰਾਂਗੇ। ਠੀਕ, ਅੱਜ 6ਵੇਂ 7ਵੇਂ ਦਿਨ ਦੇ ਦੌਰਾਨ ਆ ਭਾਲ ਜਿਹੜੀ ਆ ਦੋਸਤੋ ਤੁਹਾਨੂੰ ਨਜ਼ਰ ਆ ਜਾਏਗੀ, ਪਹਿਲਾਂ ਝੋਟੀ ਆ, ਅਤੇ ਮੂੰਹ 4 ਦਾ ਮੂੰਹ ਚੌਕੀ ਆ।
ਆਹ ਵੇਖੋ ਭਰਾਵੋ ਹਵਾਨੇ ਦਾ ਬਨਾਥਨਾ ਅਤੇ ਥਣ ਦਾ ਸਹਿਜ, ਠੀਕ ਹੈ। ਬਾਕੀ ਭਾਲ ਜਦੋਂ ਹੁੰਦੀ ਹੈ ਦੋਸਤੋ ਪਸ਼ੂ ਜਿਹੜੀ ਸਾਈਡ ਬਹਿੰਦਾ ਹੈ ਅਤੇ ਉਹ ਸਾਈਡ ਥੋੜ੍ਹੀ ਜਿਹੀ ਆਪਾਂ ਬਿਲਕੁਲ ਰੋਟੀ ਕਰਕਾ ਛੱਡੋ ਛੱਡੋ ਜੀ। ਆਹ ਦੇਖੋ ਜੀ, ਠੀਕ ਹੈ ਜੀ, ਪਸਮਾਹ ਦੇਖੋ, ਥਣ ਵੇਖੋ। ਸੋ ਆਹ ਜਿਹੜੀ ਦੋਸਤੋ ਚੁਆਈ ਹੈ ਜਿਹੜੀ ਤੁਸੀਂ ਦੇਖੋ, ਠੀਕ ਹੈ ਜੀ, ਦੇਖੋ ਚੁਆਈ, ਆਹ ਦੇਖੋ ਭਰਾ, ਠੀਕ ਹੈ ਜੀ, ਠੀਕ ਹੈ ਜੀ, ਆਹ ਦਿਖਾਓ ਜੀ, ਆਹ ਦਿਖਾਓ ਖੋਲ੍ਹ ਕੇ, ਹੁਣ ਤਾਂ ਬਰਾਬਰ ਨਾਲੇ ਭੈਣ ਭਰਾਵਾਂ ਨੂੰ ਪਤਾ ਲੱਗ ਜੂਗਾ। ਪਸਮਾਹ ਦੇ ਵਿੱਚ ਵੀ ਜਿਹੜਾ ਦੋਸਤੋ ਤੋੜ ਕੇ ਦਿਖਾਉਣੇ ਆਪਾਂ ਤੁਹਾਨੂੰ, ਤਾਂ ਜੋ ਪੂਰੀ ਆਰਡਰ ਦੀ ਚੀਜ਼ ਕੁਆਲਿਟੀ ਪੂਰੀ ਪਤਾ ਲੱਗ ਜੇ, ਠੀਕ ਹੈ। ਆਹ ਕਰੋ ਦੋਸਤੋ ਚੈੱਕ, ਠੀਕ ਹੈ, ਆਹ ਹਵਾਨਾ ਜੀ ਦੇਵਾ ਪੂਰਾ ਥਾਣ, ਇਕੱਲਾ ਇਕੱਲਾ ਥਾਣ ਵੇਖੋ ਜੀ, ਲਓ ਜੀ ਬਿਲਕੁਲ ਪੱਧਰ ਆ ਜੀ, ਆਹ ਕਰੋ ਚੈੱਕ। ਲੱਖ ਰੁਪਇਆ ਜੀ, ਹਾਂਜੀ, ਵਿੱਚੋਂ 2000 ਤੁਹਾਡਾ ਕਹਿਣ ਦੇ ਜਿਹੜਾ ਵੀਰੋ ਫੋਨ ਕਰੋ ਤੇ ਛੋੜ ਕਰਨਾ। ਅੱਛਾ, 2000, ਠੀਕ, ਹੋਰ ਦੱਸੋ ਜੇ ਤੁਹਾਨੂੰ ਤੁਹਾਡੇ ਕਹਿਣ ਦੇ, ਹੋਰ ਦੱਸੋ ਮਾਣ ਦਾ, ਪਰ ਥੋੜ੍ਹੀ ਜਿਹੀ ਗੁਜ਼ਾਰੀ ਹੁੰਦੀ ਇਹਨਾਂ 'ਚ। ਅੱਛਾ ਜੀ, ਹਾਂਜੀ, ਚਲੋ। ਬਾਕੀ ਮੇਰਾ ਤਾਂ ਭੁੱਲਰ ਸਾਹਿਬ ਹਰ ਵਾਰ ਦੀ ਕਹਿਣ ਦਾ ਇਹ ਆ ਵੀ ਜਿੰਨੇ ਭੈਣ ਭਰਾ ਮੈਂ ਤਾਂ ਉਹਨਾਂ ਨਾਲ ਹਾਂ, ਮੈਂ 500 ਕਹਿ ਤਾਂ ਮੈਂ 1000 ਕਹਿ ਤਾਂ ਉਹਨਾਂ ਵੀ ਗੁੱਸਾ ਕਰ ਜਾਣਾ ਵੀ ਥੋੜ੍ਹੇ ਘਟਾਏ ਵੀਰ ਨੇ, ਪਰ ਮੈਂ ਉਹਨਾਂ ਦੇ ਛੱਡਦਾ ਵੀ ਜਿੰਨੀ ਸਮਝ ਇੱਥੇ ਅਗਰ ਵੇਖਣ ਚਵਾਈ ਕਰਨ, ਜਿੰਨੀ ਉਹਨਾਂ ਦੀ ਸਮਝ ਉਹ ਲਾਉਣ ਤਾਂ ਦੇਣੀ ਜ਼ਰੂਰ ਆ। ਬਹੁਤ ਵਧੀਆ, ਥੈਂਕ ਯੂ, ਹਾਂ ਹਾਂ, ਅਤੇ ਇਸ ਤੋਂ ਬਾਅਦ ਅੱਗੇ ਦੋਸਤੋ ਆ ਜਾਓ, ਅੱਗੇ ਹੋਰ ਆਪਾਂ ਤੁਹਾਨੂੰ ਯਕੀਨ ਇੱਕ ਹੋਰ ਝੋਟੀ ਦਿਖਾਉਣੀ ਆ, ਸੋਹਣੀ ਆ, ਠੀਕ ਆ ਜੀ, ਢੁੱਕੀ ਆ, ਬਰੀਡ ਦਾ ਪਊ ਤੁਹਾਨੂੰ ਪਤਾ ਹੀ ਆ, ਨਸਲ ਜਾਤ ਜਿਹੜੀ ਨਾ, ਵੇਖੋ ਪੁੱਠਾ ਝੋਟੀ ਦਾ ਪੁੱਠਾ ਦਿਖਾਓ ਕਿੱਡਾ ਪੁੱਠਾ, ਆਹ ਵੇਖੋ ਪਲੀ ਪਲਾਈ ਪੂਰੀ ਆ ਦੋਸਤੋ, ਜਿਹੜੀ ਝੋਟੀ ਆਪਾਂ ਦਿਖਾਤੀ ਨਾ ਤੁਹਾਨੂੰ ਦੂਜੇ ਨੰਬਰ 'ਤੇ, ਪਲੀ ਪਲਾਈ ਪੂਰੀ ਆ, ਅਤੇ ਆਹ ਥਾਂ ਜਿਹੜਾ ਬਹਿਣੀ ਵਾਲੇ ਪਾਸੇ ਤੁਸੀਂ ਵੇਖੋਗੇ ਮੈਨਾਂ ਦੀ ਅਲੰਕਾਰ ਚੀਜ਼ ਹੀ ਹੈ, ਆਹ ਦੇਖੋ, ਠੀਕ ਆ, ਅੱਜ ਤਾਂ ਪਹਿਲਾਂ ਝੋਟੀ ਆ, ਪਹਿਲਾਂ ਸੂਆ ਸੂਈ ਆ, ਦੰਦਾਂ ਦੇ ਵਿੱਚ ਆ, ਠੀਕ ਆ, ਆਹ ਤੀਜੇ ਨੰਬਰ 'ਤੇ ਆਪਾਂ ਜਿਹੜੀ ਇਹ ਝੋਟੀ ਦਿਖਾਉਣੀ ਵੀ ਚੌਕੀ ਆ, ਇਹ ਵੀ 4 ਦੰਦ ਆ, ਠੀਕ ਆ, ਅਤੇ ਦਿਨ ਹਜੇ ਕਿੰਨੇ ਕੁ ਲੈ ਜਾਓ, ਦਿਨ ਘਰ ਵਾਲੇ ਦੇ ਮੁਤਾਬਕ ਤਾਂ ਹੈਗੇ 25-26 ਦਿਨ, ਅਸੀਂ ਕਹਿੰਦੇ ਮਹੀਨਾ 15-20 ਦਿਨ, 10 ਦਿਨ ਹੋਰ ਮੰਨ ਲਓ ਵੱਧ, 15-20 ਦਿਨ, 15-20-25 ਮੰਨ ਕੇ ਚਲੋ ਤੁਸੀਂ, ਭੁੱਲਰ ਸਾਹਿਬ ਲੈ ਜਾਣੇ ਆ 15-20 ਦਿਨ ਤੋਂ ਉੱਤੇ ਟਪਾ, 20 ਤੋਂ ਪਲਾਥੀ ਕਰੂਗੀ, ਬਣਾਉਣੀ ਝੋਟੀ ਅਜੇ ਤੱਕ ਕੋਈ ਬਣਾਇਆ ਬਹੁਤ ਘੱਟ ਆ, ਡੇਟ ਡੇਟ ਉਹਨਾਂ ਨੇ ਲਿਖੀ ਆ ਜੀ 25 ਤਰੀਕ ਨੂੰ, ਤੇ ਦਿਨ 10ਵਾਂ ਮਹੀਨਾ ਲੱਗਾ ਇਹਨੂੰ, ਹਾਂਜੀ, ਤੇ ਆਹ ਹੁਣ ਅੱਜ ਕਿੰਨੀ ਹੋ ਗਈ, 2, ਆਹ 2, ਮਤਲਬ ਕਿ 25 ਦਿਨ, 20-25 ਦਿਨ, 20-25 ਦਿਨ ਵੱਧ ਘੱਟ ਲੈ ਜੂ, ਠੀਕ ਆ ਜੀ। ਬਾਕੀ ਸ਼ਕੀਨੀ ਸ਼ਕੂਨੀ ਪੂਰੀ ਸ਼ਾਹੀ ਛੋਈ ਇਹ ਝੋਟੀ ਵਿੱਚ ਵੀ ਪੂਰੀ ਆ ਦੋਸਤੋ, ਪੂਰੀ ਕੱਦ ਦੇਖੋ, ਕਿੱਥੇ ਕੱਦ ਕੱਟੀ ਜਾ, ਦੇਖੋ ਆਹ ਕੱਦ ਵੇਖੋ,
ਠੀਕ ਆ। ਤੇ ਭੁੱਲਰ ਸਾਹਿਬ ਕਹਿੰਦੇ ਅੱਜ ਆਪਾਂ ਵੀ ਮਿੰਤੀ ਕਰਾਈਏ ਥੋੜੀ ਜੀ, ਪਰ ਕੱਦ ਕਰਕੇ ਦੋਸਤੋ ਵੱਡੇ ਆ ਝੋਟੀਆਂ ਦੇ, ਠੀਕ ਆ। ਬਿਲਕੁਲ ਜੀ, ਭੁੱਲਰ ਸਾਹਿਬਾਂ ਦੇ ਵੀ ਸਾਡੇ ਵਾਰੀ ਫੀਤਾ ਨਹੀਂ ਲੈ ਕੇ ਆਉਂਦਾ ਹੈਗਾ, ਅਤੇ ਮੈਂ ਕਿਹਾ ਵੈਸੇ ਮਾਲ ਵੀ ਚਲੋ ਪੂਰਾ ਹੈਗਾ, ਸੋਹਣੀਆਂ ਝੋਟੀਆਂ ਨੇ, ਵੱਡੇ ਕੱਦ ਕੱਟਦੀਆਂ ਨੇ, ਠੀਕ ਆ ਜੀ, ਪੂਰੀਆਂ ਚੰਗੀਆਂ ਝੋਟੀਆਂ ਨੇ ਵੀ, ਤੁਸੀਂ ਮੰਨ ਸਕਦੇ ਹੋ ਦੋਸਤੋ। ਜੇਕਰ ਹਾਈਟ ਦੀ ਵੀ ਆਪਾਂ ਗੱਲ ਕਰੀਏ ਤਾਂ 5'4" 5'4" ਇੱਥੇ ਕੁ 5'3" ਇੱਥੇ ਕੁ ਨੋਰਮਲ ਜਿਹੜੀ ਹਾਈਟ ਦੋਸਤੋ ਆਪਾਂ ਕਾਊਂਟ ਕਰ ਸਕਦੇ ਹਾਂ। ਬਿਲਕੁਲ ਬਿਲਕੁਲ ਬਿਲਕੁਲ, ਆਹ ਦੇਖੋ ਜੀ, ਠੀਕ ਆ। ਭੁੱਲਰ ਸਾਹਿਬ ਕਿੰਨਾ ਕੁ ਮੁੱਲ ਫਿਰ ਇਹਦਾ? ਇਹਦਾ ਸੰਧੂ ਸਾਹਿਬ ਮੁੱਲ ਆਪਾਂ ਫੋਨ 'ਤੇ ਕਰਾਂਗੇ, ਫੋਨ 'ਤੇ, ਕਿਉਂਕਿ ਕੱਚੀ ਆ, ਜਿੱਦਾਂ ਦਾ ਤਿਆਰ ਹੋਈ ਉੱਦਾਂ ਦਾ ਮੁੱਲ ਕਰੀ ਜਾਵਾਂ, ਕਿਉਂ ਜੀ। ਇਸ ਕਰਕੇ ਵੀ ਫੋਨ 'ਤੇ ਤਾਂ ਕਰਦਾ ਵੀ ਹੁਣ ਦਾ ਰੰਗ ਹੋ ਰਿਹਾ, ਕੱਲ੍ਹ ਨੂੰ ਕੁਝ ਹੋ ਰਿਹਾ, ਬਿਲਕੁਲ ਮਹੀਨੇ 15 ਦਿਨ ਕੁਝ ਹੋਰ ਹੋਣਾ, ਹੈ ਨਾ, ਬਿਲਕੁਲ। ਜਦੋਂ ਵੀਡੀਓ ਤੋਂ ਕਈ ਵੇਚਣ ਭਰਾ ਨੇ ਖਾਣੀ, ਵੇਚਣ ਵਾਲੇ ਬੰਦੇ ਨੇ, ਮੇਰੇ ਵੀਰ ਨੇ ਖਾਣੀ ਹੁੰਦੀ ਆ ਸਾਡਾ, ਫਿਰ ਉਹਨਾਂ ਨਾਲ ਫਿਰ ਅਗਲੇ ਕਹਿੰਦੇ ਰੇਟ ਨਾ ਕਰੇ ਵੀ ਕੱਚੇ ਬਹੁਤ ਦਾ, ਹੈ ਨਾ, ਹਾਂਜੀ। ਇਸ ਕਰਕੇ ਇਹਦਾ ਫੋਨ 'ਤੇ ਕਰਾਂਗੇ, ਠੀਕ ਹੈ ਜੀ। ਸੋ ਮੁੱਲ ਜਿਹੜਾ ਦੋਸਤੋ ਇਹਦਾ ਤੁਸੀਂ ਖਾਸ ਤੌਰ 'ਤੇ ਫੋਨ 'ਤੇ ਪੁੱਛ ਸਕਦੇ ਹੋ, ਕਿਉਂਕਿ ਸਮਾਂ ਕੱਚੀ ਹੈ, 25 ਦਿਨ 20-25 ਦਿਨ ਕੱਚੀ ਹੈ, ਠੀਕ ਆ। ਤਿਆਰੀ ਵਾਲੇ ਪਸ਼ੂ ਦਾ ਮੁੱਲ ਮੌਕੇ ਦਾ ਤਾਂ ਹੁੰਦਾ ਵੀ ਕੋਈ ਸੌਦਾ ਕਰ ਸਕਦਾ, ਹੋ ਸਕਦਾ ਵੀ ਇਹਦਾ ਅੱਗੇ ਕਿਸੇ ਵਪਾਰੀ ਅੱਜ ਕੋਈ ਸੌਦਾ ਕਰੂ, ਅੱਜ ਦਾ ਮੁੱਲ ਕਰ ਲਾਂਗੇ, ਬਿਲਕੁਲ, 15-10 ਦਿਨਾਂ ਬਾਅਦ ਕੋਈ ਕੋਈ ਉਹਦਾ ਕਰ ਲਾਂਗੇ, ਸੂਈ ਦਾ ਕਰਨਾ ਸੂਈ ਪਾ ਲਾਂਗੇ ਅਗਲੀ ਵੀਡੀਓ, ਹੈ ਨਾ। ਬਿਲਕੁਲ ਜੀ, ਬਿਲਕੁਲ। ਆ ਜਾਓ ਦੋਸਤੋ, ਇੱਕ ਲਾਸਟ ਦੇ ਵਿੱਚ ਤੁਹਾਨੂੰ ਇੱਕ ਆਪਾਂ ਤਾਂ ਇਹ ਵੱਛੀ ਦਿਖਾਉਣੀ ਹੈ, ਠੀਕ ਆ। ਤਾਜ਼ੀ ਸੂਈ ਸਫਾਈ ਆ, ਉੱਚੇ ਕੱਦ ਕੱਟਦੀ ਆ, ਵੀ ਕੱਦ ਕਾਠੀ ਤੁਸੀਂ ਵੇਖੋਗੇ ਦੋਸਤੋ, ਲੈਗ ਲੱਤਾਂ ਕਾਫੀ ਉਚਾਈ ਦੇ ਵਿੱਚ, ਠੀਕ ਆ, ਲੰਬੀਆਂ ਲੱਤਾਂ ਨੇ ਪੂਰੀਆਂ, ਤੁਸੀਂ ਆਹ ਦੇਖੋ ਜੀ, ਠੀਕ ਆ ਜੀ। ਹਾਈਟ ਵੇਖੋ ਮੇਰੀ 6 ਫੁੱਟ ਹਾਈਟ ਆ, ਮੇਰੇ ਤੋਂ ਹੁਣ ਰਹਿ ਗਈ ਥੱਲੇ ਕੀ ਥੋੜੀ, ਬਿਲਕੁਲ ਬਿਲਕੁਲ ਬਿਲਕੁਲ, ਮੋਢਿਆਂ ਦੇ ਆ ਗਈ, ਮੋਢਿਆਂ ਦੇ 5.5 ਫੁੱਟ ਹੋਊਗੀ ਨੀ, ਬਿਲਕੁਲ ਜੀ ਬਿਲਕੁਲ, ਹੋਣੀ ਚਾਹੀਦੀ ਆ। ਕੱਦ ਪੂਰਾ ਉੱਚਾ ਦੋਸਤੋ ਵੱਛੀ ਦਾ, ਠੀਕ ਆ, ਫੁੱਲ ਵੱਡੀ ਹਾਈਟ ਦੇ ਵਿੱਚ ਆ, ਤੇ ਪਲੂਨ ਵੱਛੀ ਆ 4 ਦੰਦ ਮੂੰਹੋਂ, ਤੇ ਦਿਨ ਕਿੰਨੇ ਹੋ ਗਏ ਸੂਈ ਨੂੰ? ਕੱਲ ਸੂਈ ਆ ਜੀ, ਕੱਲ ਸੂਈ ਆ ਜੀ, ਬੱਚਾ ਕੀ ਪਾਤਾ ਨੇ? ਬੱਚਾ ਵੱਛੀ ਵੱਛੀ ਆ, ਮਗਰ ਤੇ ਕੱਲ ਸੂਈ ਆ, ਸਵੇਰੇ ਰਾਤ ਕੱਢਿਆ ਸੀ 5-6 ਕਿਲੋ, ਹਾਂਜੀ, ਸਵੇਰੇ ਕੱਢਿਆ 6-7 ਕਿਲੋ, ਬੱਚਾ ਜਾ ਕੇ ਬੱਚਾ ਵੇਖ ਲਓ ਮੋਗ ਮਾਰਦਾ ਰੱਜਿਆ ਪਿਆ, ਤੇ ਆਹ ਦੇਖ ਲਓ ਪਾਣੀ ਆਈ ਜਾਂਦਾ, ਠੀਕ ਆ, ਆਹ ਬੱਚਾ ਫੀਮੇਲ ਕਾਫ ਆ ਜੀ, ਹਾਂਜੀ, ਘੱਟੀ ਵੱਛੀ ਆ, ਤੇ ਸਵੇਰੇ 7 ਕਿਲੋ ਹੁਣ ਕਰਨੀ ਹੈ ਸਾਹਿਬ, ਤੀਜੀ ਜਵਾਈ ਕਰਨੀ ਹੈ ਜੀ, ਹੁਣ ਤੀਜੇ ਡੰਗ ਦੀ, ਹਾਂਜੀ ਹਾਂਜੀ, ਠੀਕ ਆ ਜੀ। ਤੇ ਜੇਰ ਜੂਰ ਐਂ ਵਧੀਆ ਪੈ ਗਈ ਆਪਣੇ, ਮੈਂ ਜੀ ਇੱਕ ਨੰਬਰ, ਕੋਈ ਕਿਸੇ ਚੀਜ਼ ਦੀ ਸਾਡੀ ਗਾਰੰਟੀ ਉਹ ਫੁੱਲ, ਠੀਕ ਆ ਜੀ, ਹਾਂ। ਕਰਤੀ ਸੀ ਥੋੜੀ ਜੀ ਖਾਲੀ, ਹੌਲੀ ਪੂਰੀ ਖਾਲੀ ਕੀਤੀ, ਮੈਂ ਐਵੇਂ ਵਰਗੇ 1.25 ਕਿਲੋ ਛੱਡੀ ਹੋਊ ਬਸ, ਠੀਕ ਹੈ, ਚਲੋ ਉਹ ਤਾਂ 1-2 ਡੰਗਾ, ਹਾਂ 1-2 ਡੰਗੇ ਡੱਕ ਡੁੱਕ ਡੱਕੇ ਛੱਡੇ ਥਣ ਵੀ, ਬਿਲਕੁਲ, ਕਿਉਂ ਪਹਿਲਾਂ ਮੱਛੀ ਖਾਲੀ ਕਰਨੀ ਚਾਹੀਦੀ ਆ, ਪਹਿਲਾਂ ਬਹੁ ਨਾ, ਬਿਲਕੁਲ, ਗਰਮੀ ਹੈਗੀ ਆ ਤਾਂ ਪਹਿਲਾਂ ਖਾਲੀ ਕਰਨੀ ਚਾਹੀਦੀ ਆ, ਬਿਲਕੁਲ ਜੀ, ਹਾਂਜੀ, ਆ ਜਾਓ ਖੋਲ ਦਈਏ, ਖੋਲ ਬੱਕਾ। ਸੋ ਆਹ ਦੋਸਤ ਦੇਖੋ ਦੋਸਤੋ, ਵੀ ਮੋਰਨਿੰਗ ਸੁਬਾਹ ਜਿਹੜੀ ਚਵਾਈ ਆ ਬੌਲੇ ਦੇ ਵਿੱਚ ਚੱਲਣ ਡਈ ਆ, ਇਹ ਤੁਸੀਂ ਦੇਖ ਸਕਦੇ ਹੋ, ਹਾਂ ਤੀਜਾ ਡੰਗ ਦੀ ਅੱਜ ਮੋਰਨਿੰਗ ਦੀ ਚਵਾਈ ਜਿਹੜੀ ਉਹ ਤੀਜੇ ਡੰਗ ਦੀ ਸੀਗੀ, ਠੀਕ ਆ। ਬਾਕੀ ਫੁੱਲ ਵੱਡੀ ਹਾਈਟ ਆ, ਫੇਸ ਕੁਆਲਿਟੀ ਕਾਫੀ ਚੰਗੀ ਆ ਬੱਚੀ ਦੀ, ਆਹ ਦੇਖੋ ਬਈ, ਆਹ ਦੇਖੋ
ਲਓ ਵੀ ਭਰਾਵੋ ਇਹ ਵੈਰ ਸੀਗੀ ਅੱਜ ਭਾਅ ਜੀ ਪੰਮੇ ਭੁੱਲਰ ਦੇ ਕੋਲ ਲਾਸਟ, ਬਾਕੀ ਤਿੰਨ ਝੋਟੀਆਂ ਆਪਾਂ ਮੱਝਾਂ ਤੁਹਾਨੂੰ ਦਿਖਾਤੀਆਂ ਨੇ ਅਤੇ ਬਾਕੀ ਚਵਾਈ ਚੂ ਚੰਗੀ ਸਾਫ਼ ਨਿਕਲੀ ਵਧੀਆ, ਇੱਕ ਨੰਬਰ ਚਵਾਈ ਹੈ ਜੀ, ਇੱਕ ਨੰਬਰ ਠੀਕ ਆ ਜੀ। ਕਹੋ ਤਾਂ ਧਾਰਾ ਮਾਰ ਦੇਣ ਜੇ ਤੁਸੀਂ ਸਾਨੂੰ ਕਹੋ, ਸਾਨੂੰ ਨਹੀਂ ਕੋਈ ਤਰਾਜ, ਤੁਹਾਡੀ ਵੀਡੀਓ ਲੰਮੀ ਹੋ ਜਾਣੀ ਕਰਕੇ ਨਹੀਂ ਨਹੀਂ ਬਾਕੀ ਭਾਅ ਜੀ ਚਲੋ ਇੱਕ ਵਿਸ਼ਵਾਸ 'ਤੇ ਵੀ ਆਪਾਂ ਕਹਿੰਦੇ ਵੀ ਦੁਨੀਆ ਕੋਈ ਪੰਜੇ ਗੁਲਾ ਬਰਾਬਰ ਨਹੀਂ ਘੱਟਦੇ ਵੀ ਆਪਾਂ ਨੂੰ ਦੇਖੋ ਜੀ। ਠੀਕ ਆ ਮਗਰਲਾ ਥਾਂ, ਠੀਕ ਆ ਠੀਕ ਹੈ ਜੀ ਬਿਲਕੁਲ। ਮੈਂ ਠੰਡੀ ਜੀ ਵੱਛੀ ਜੀ ਫਾਰਮ ਦੀ ਵੱਛੀ ਹੈ ਜੀ, ਬਾਕੀ ਬਰੀਡਰ ਭਰਾਵਾਂ ਨੂੰ ਪਤਾ ਲੱਗ ਜਾਣਾ ਬਿਲਕੁਲ। ਉਚਾਈ ਵੀ ਭੁੱਲਰ ਸਾਹਿਬ ਬੜੀ ਜ਼ਿਆਦਾ ਕੁਰਸੀ ਡਾ ਕੇ ਜਿਵੇਂ ਚੋਣ ਵਾਲੀ ਗੱਲ ਆ, ਨਹੀਂ ਡਹਿ ਕੇ ਨਜ਼ਾਰੇ ਨਾਲ ਜਿਹੜਾ ਵੱਛੀ ਲੱਤ ਵੀ ਨਹੀਂ ਪਤਾ ਕਰਦੀ ਕੋਈ ਬਿਲਕੁਲ ਬਿਲਕੁਲ, ਮਸ਼ੀਨੀ ਚੋਣ ਵਾਲੀ ਆ ਸਲ ਵਿੱਚ ਬਿਲਕੁਲ ਜੀ ਬਿਲਕੁਲ। ਅਤੇ ਭੁੱਲਰ ਸਾਹਿਬ ਜਿਹੜੇ ਪਸ਼ੂ ਸੀ ਆਪਣੇ ਕੋਲ ਇਹਦਾ ਲੈਣ ਦੇਣ ਕੀ ਸੀਗਾ ਮੁੱਲ? ਲੈਣ ਦੇਣ ਦਾ ਜੀ ਮੁੱਲ 65,000 65,000 'ਚੋਂ ਮਾਨਤਾਨ ਕਰਾਂਗੇ ਜਿੰਨਾ ਕੁ ਸਾਡੇ ਕੋਲ ਹੋਇਆ, ਠੀਕ ਹੈ ਦੂਰੋਂ ਨੇੜੇ ਭੈਣ ਭਰਾ ਵੇਖਣਾ ਪੈਂਦਾ, ਠੀਕ ਨੇ ਬਿਲਕੁਲ ਜੀ। ਅਤੇ ਭੁੱਲਰ ਸਾਹਿਬ ਨੰਬਰ ਇੱਕ ਵਾਰੀ ਫਿਰ ਕਨਫਰਮ ਕਰਾ ਦਈਏ, ਨੰਬਰ ਜੀ 82 84 ਹਾਂਜੀ 85 54 84 94 56 11 5 25 ਇੱਕ ਜ਼ਰੂਰੀ ਇਹ ਬੇਨਤੀਆਂ ਸੁਣਨ ਵੀ ਸਾਡੀ ਵੀਡੀਓ ਚੰਗੀ ਤਰ੍ਹਾਂ ਵੇਖਣ, ਹਾਂਜੀ ਫਿਰ ਉਹਦਾ ਰੇਟ ਵੇਖਣ, ਉਹਦਾ ਦੁੱਧ ਵੇਖਣ, ਤਾਂ ਫਿਰ ਸਾਨੂੰ ਲਾਉਣ ਫੋਨ ਬਿਲਕੁਲ। ਅਤੇ ਕਿਉਂਕਿ ਜਿਹਨਾਂ ਨੇ ਲੈਣੀ ਹੁੰਦੀ ਮੇਰੇ ਵੀਰ ਉਹ ਰਹਿ ਜਾਂਦੇ, ਅਤੇ ਦੂਜੇ ਮੈਂ ਕੁਲਦੀਪ ਸਾਲੇ ਦੇ ਸਨ, ਠੀਕ ਨਹੀਂ ਠੀਕ ਆ। ਹਾਂ ਉਹ ਕਿਰਪਾ ਕਰਨ ਜੋ ਕੁਛ ਵਿੱਚ ਦੱਸਿਆ ਸੋ ਸਹੀ ਹੋਊਗਾ ਬਿਲਕੁਲ ਜੀ, ਠੀਕ ਹੈ ਜੀ। ਅਤੇ ਜੋ ਵੀਡੀਓ ਪਾਈ ਆ ਉਹ ਲਿੰਕ ਪਾਦਾ ਕਰਾਂਗੇ, ਤੁਹਾਨੂੰ ਚੈੱਕ ਕਰ ਲਿਆ ਕਰੋ ਬਿਲਕੁਲ, ਇੰਨੀ 'ਚ ਮੇਰੀ ਪ੍ਰਵਾਨ ਕਰਨਾ ਜੋ ਦੱਸਿਆ ਉਹ ਸੱਚ ਹੋਊਗਾ, ਠੀਕ ਹੈ ਜੀ ਠੀਕ ਹੈ ਭਾਅ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਦੋਸਤੋ ਇਹ ਸਨ ਮੇਰੇ ਨਾਲ ਭਾਅ ਜੀ ਪੰਮਾ ਭੁੱਲਰ, ਠੀਕ ਆ ਜੀ। ਅਤੇ ਖਾਸ ਵਿਜਿਟ ਤੁਸੀਂ ਭੁੱਲਰ ਪਿੰਡ ਕਰਨੀ ਅਤੇ ਪਸ਼ੂ ਸ਼ੇਰ ਕਿਹੜੀ ਜੁੜੀ ਲਾਉਣਾ ਇੱਥੇ ਲਾ, ਹਾਂਜੀ ਹਾਂਜੀ। ਪਸ਼ੂ ਜਿਹੜੇ ਦੋਸਤੋ ਅੱਜ ਤੁਹਾਨੂੰ ਵਿਖਾਤੇ ਆਪਾਂ ਘੱਟੋ ਘੱਟ ਚਾਰ, ਚਾਰੇ ਨਗ ਵਧੀਆ ਨੇ, ਤਸੱਲੀ ਵਾਲੇ ਆ, ਬਾਕੀ ਤਸੱਲੀ ਆਪਣੀ ਵੀ ਤੁਸੀਂ ਕਰਕੇ ਲੈ ਕੇ ਜਾਇਓ ਕਿਉਂਕਿ ਰਕਮ ਖਰਚ ਕਰਨੀ ਆ ਕਿਸੇ ਵੀਰ ਨੇ। ਔਨਲਾਈਨ ਸੌਦਾ ਵੀ ਜਿਹੜਾ ਦੋਸਤੋ ਸਹੀ ਆ, ਪਰ ਉਸ ਤੋਂ ਪਹਿਲਾਂ ਜਿਹੜੀ ਆ ਤੁਸੀਂ ਪ੍ਰੈਫਰੈਂਸ ਆਪਣੀ ਘਰ ਵਿਜਿਟ ਕਰਕੇ ਤਸੱਲੀ ਕਰ ਲਿਆ ਕਰੋ, ਠੀਕ ਹੈ ਬਿਲਕੁਲ ਜੀ। ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।